ਕਹਿੰਦਾ ਆਪਾਂ ਨਾ ਮੰਮੀ ਦਾ ਕੰਮ ਕਰਨ ਜਾਣਾ। ਕੁੜੀ ਬਣ ਕੇ ਉਹਨੇ ਸਾਨੂੰ ਮੈਸੇਜ ਕੀਤਾ ਕਿ ਆ ਚੌਂਕ 'ਚ ਆਇਓ। ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀ, ਦੋ ਤਿੰਨ ਦਿਨਾਂ ਤੋਂ ਬੁਲਾ ਰਹੇ ਸੀਗੇ ਮੈਨੂੰ ਮਿਲ ਆ ਕੇ। ਗਲਤੀ ਤਾਂ ਉਹਨਾਂ ਦੀ ਭੈਣ ਦੀ ਵੀ ਆ, ਉਹ ਵੀ ਗੱਲ ਕਰਦੀ ਸੀ ਤਾਂ ਮੈਂ ਕਰਦਾ ਸੀ, ਕੋਈ ਧੱਕੇ ਨਾਲ ਤਾਂ ਗੱਲ ਕਰ ਨਹੀਂ ਸਕਦਾ। ਹਾਂਜੀ ਲੜਕਾ ਸੀਗਾ ਅਤੇ ਕਿੱਥੇ ਗਏ ਸੀਗੇ ਇਹ? ਕਹਿੰਦੇ ਬਸ 3 ਵਜੇ ਗਏ, ਸਾਡੇ ਕੋਲੋਂ ਹੀ ਗਏ ਆ, ਦੋਸਤ ਨਾਲ ਗਏ। ਪ੍ਰਿੰਸ ਆਇਆ ਕਹਿੰਦਾ ਆਪਾਂ ਨਾ ਮੰਮੀ ਦਾ ਕੰਮ ਕਰਨ ਜਾਣਾ, ਉਹਦੀ ਮੰਮੀ ਦਾ ਕਾਗਜ਼ ਲੈਣ ਕੋਈ। ਉਹ ਬਸ ਉਹਨਾਂ ਫੋਨ ਕਰਤਾ, ਉੱਧਰ ਚੱਲੇ ਸੀਗੇ ਅਤੇ ਦੂਜੇ ਪਾਸੇ ਫੋਨ ਆ ਗਿਆ ਉਹਨਾਂ ਧੋਖੇ ਨਾਲ ਬੁਲਾ ਕੇ, ਅਤੇ ਗਲੀ 'ਚ ਕੱਢ ਕੇ ਉਹਨਾਂ ਇੰਨੀਆਂ ਇੰਨੀਆਂ ਕਿਰਪਾਨਾਂ ਮਾਰੀਆਂ ਅਤੇ ਜੇ ਕੋਈ ਹੋਰ ਹੋ ਜਾਂਦਾ। ਦੇਖਦੇ ਹੋ ਪਹਿਲਾਂ ਵੀ ਇੱਕ ਜਨਾਨੀ ਵੱਡੀ ਗਈ ਸ਼ਰੇਆਮ, ਹੁਣ ਇਹਦੇ ਤੇ ਹਮਲਾ ਹੋ ਗਿਆ। ਹਾਂਜੀ ਪੁਲਿਸ ਦੀ ਕਾਰਗੁਜ਼ਾਰੀ ਹੈ ਤੇ ਪੁਲਿਸ ਨੂੰ ਚਾਹੀਦਾ ਵੀ ਫੜਨਾ ਚਾਹੀਦਾ ਉਹਨਾਂ ਨੂੰ ਜਿਹੜੇ ਵੱਢਦੇ ਲੋਕਾਂ ਨੂੰ। ਇੱਕ ਲੇਡੀ ਤੇ ਵੀ ਹਮਲਾ। ਹਾਂਜੀ ਤੇ ਇਹਨਾਂ ਦੇ ਬੱਚਿਆਂ ਨੂੰ ਹੁਣ ਸਮਝਾ ਵੀ ਸਕਦੇ ਆਪਾਂ ਵੀ ਬੁਲਾ ਕੇ, ਇਹ ਹੁਣ ਤੁਹਾਡਾ ਦੂਜਾ ਹਮਲਾ ਹੈ। ਹਾਂਜੀ ਦੂਜਾ ਹਮਲਾ ਹੈ। ਹੁਣ ਕੀ ਪੁਲਿਸ ਦੀ ਕਾਰਗੁਜ਼ਾਰੀ ਹੈ? ਪੁਲਿਸ ਦੀ ਫੜਨੋ ਚਾਹੀਦਾ ਉਹਨਾਂ ਨੂੰ, ਜਿਹੜੇ ਫੜ ਕੇ ਸਜ਼ਾ ਕਰੇ ਸ਼ਰੇਆਮ ਜਿਹੜੀ ਗੁੰਡਾ ਕਰਦੀਆਂ। ਹਾਂਜੀ ਮੂੰਹ ਬੰਨੇ ਹੋਏ ਐਵੇਂ ਕੀ ਪਤਾ ਲੱਗਣਾ, ਫੜ ਕੇ ਬੰਦਾ ਸਜ਼ਾ ਦਵਾਵੇ ਇਹਨਾਂ ਨੂੰ। ਕੀ ਮੰਗਦੇ ਨੇ? ਇਹ ਹੀ ਵੀ ਸਜ਼ਾ ਦੇਵੇ ਸਰਕਾਰ, ਸਜ਼ਾ ਦੇਵੇ ਉਹਨਾਂ ਦੋਸ਼ੀਆਂ ਨੂੰ ਜਿਹੜੇ ਹੁਣ ਬੱਚਿਆਂ ਨੂੰ ਫੜ ਕੇ ਇੰਨਾ ਮਾਰਿਆ, ਤੇ ਜੇ ਨਾ ਭੱਜਦੇ ਤੇ ਇਹਨਾਂ ਦੀ ਜਾਨ ਹੀ ਜਾ ਸਕਦੀ। ਮੇਰਾ ਨਾਮ ਜੀ ਦੇਵ ਹੈ। ਦੇਵ ਕੀ ਹੋਇਆ ਜਿਹੜਾ ਤੁਹਾਡੇ ਤੇ ਹਮਲਾ, ਕਿਹਨਾਂ ਨੇ ਕੀਤਾ? ਉਹ ਪਤਾ ਨਹੀਂ ਕੋਈ ਮੁੰਡੇ ਸੀਗੇ, ਉਹਨੇ ਸਾਨੂੰ ਚੌਂਕ ਦੇ ਵਿੱਚ ਬੁਲਾ ਕੇ ਸਾਡੇ ਤੇ ਨਹੀਂ ਆਏ ਹਮਲਾ ਕੀਤਾ। ਮਤਲਬ ਕਿ ਕਿਵੇਂ ਬੁਲਾਇਆ? ਕਿਵੇਂ ਕਿਹਾ ਬੁਲਾਇਆ? ਉਹਨਾਂ ਨੇ ਸਾਨੂੰ ਮੈਸੇਜ ਕੀਤਾ ਕਿ ਆ ਚੌਂਕ 'ਚ ਆਇਓ, ਠੀਕ ਆ। ਉਹਨਾਂ ਮਤਲਬ ਕਿ ਕੁੜੀ ਬਣ ਕੇ ਉਹਨਾਂ ਨੇ ਸਾਨੂੰ ਮੈਸੇਜ ਕੀਤਾ। ਕੁੜੀ ਬਣ ਕੇ? ਹਾਂਜੀ ਹਾਂਜੀ ਕੈਂਟ ਦੇ ਵਿੱਚ। ਹਾਂਜੀ ਇੰਸਟਾਗ੍ਰਾਮ 'ਤੇ ਉਹਨਾਂ ਨੇ ਸਾਨੂੰ ਆਖਿਆ ਕਿ ਕੈਂਟ ਵਿੱਚ ਆਇਓ ਆਜ਼ਾਦ ਚੌਂਕ 'ਚ। ਅਸੀਂ ਉੱਥੇ ਗਏ, ਨਾ ਸਾਡੇ ਨਾਲ ਕੋਈ ਪੁੱਛਤਾਛ ਉਹਨਾਂ ਨੇ ਕੀਤੀ, ਸਿੱਧਾ ਸਾਡੇ 'ਤੇ ਹਮਲਾ ਕੀਤਾ ਉਹਨਾਂ ਨੇ, ਉਹ ਵੀ ਕਿਰਪਾਨਾਂ ਨਾਲ। ਕਿਸ ਤਰ੍ਹਾਂ ਉਹ ਖੜੇ ਸੀਗੇ? ਖੜੇ ਨਹੀਂ ਸੀਗੇ, ਉਹ ਗਲੀ 'ਚੋਂ ਆਏ, ਨਾ ਉਹਨਾਂ ਨੇ ਕੋਈ ਪੁੱਛਤਾਛ ਕੀਤੀ, ਨਾ ਸਾਨੂੰ ਕੁਛ ਕਿਹਾ, ਉਹਨੇ ਸਾਡਾ ਹਮਲਾ ਕੀਤਾ ਸਿੱਧਾ ਆਣ ਕੇ ਬਸ। ਤੇਜ਼ਧਾਰ ਹਥਿਆਰਾਂ ਨੂੰ? ਹਾਂਜੀ ਹਾਂਜੀ ਸੀਗੇ। ਹਾਂਜੀ ਤੇਜ਼ਧਾਰ ਹਥਿਆਰ ਸੀਗੇ। 4 ਮੁੰਡੇ ਸੀਗੇ, 4 ਕੋਲੇ ਕਿਰਪਾਨਾਂ ਸੀਗੀਆਂ। ਪਛਾਣਦੇ ਨੇ ਤੁਸੀਂ ਉਹਨਾਂ ਨੂੰ? 2 ਦੇ ਮੂੰਹ ਤੇ ਮਾਸਕ ਬੰਨੇ ਹੋਏ ਸੀਗੇ ਤੇ ਉਹਨਾਂ ਦੇ ਮੂੰਹ ਤੇ ਸਾਫੇ ਬੰਨੇ ਹੋਏ ਸੀਗੇ। ਕਿਹੜੇ ਚੌਂਕ 'ਚ? ਆਜ਼ਾਦ ਚੌਂਕ 'ਚ। ਕਦੋਂ ਹੋਇਆ, ਕਦੋਂ ਦਿਨ ਦਿਹਾੜੇ, ਕਿਸ ਤਰ੍ਹਾਂ? ਇਹ ਹੋਇਆ ਜੀ 3:30 ਦੇ ਵਿੱਚ ਵਿੱਚ ਹੋਇਆ ਦਿਨ ਦਿਹਾੜੇ। ਹਾਂਜੀ ਹੁਣ ਕੀ ਮੰਗ ਹੈ ਪੁਲਿਸ ਕਾਰਵਾਈ ਕਿਉਂ ਨਹੀਂ ਉਹਨਾਂ ਦੇ ਕਰਦੇ? ਅਸੀਂ ਤਾਂ ਇਹੀ ਮੰਗ ਕਰਨੇ ਆ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਸਮਝਾਉਣਾ ਸਾਨੂੰ। ਇਹ ਤਾਂ ਜੀ ਮਤਲਬ ਕਿ ਧੋਖੇ ਨਾਲ ਮਾਰਿਆ ਜਾ ਸਕਦਾ ਸੀ ਸਾਨੂੰ, ਸਾਨੂੰ ਕਤਲ ਵੀ ਕੀਤਾ ਜਾ ਸਕਦਾ ਸੀ ਸਾਡਾ। ਹੁਣ ਕੀ ਮੰਗ ਹੈ? ਦੋਸ਼ੀਆਂ ਨੂੰ ਫੜਨ ਦੇ? ਹਾਂਜੀ ਦੋਸ਼ੀਆਂ ਨੂੰ ਫੜਿਆ ਜਾਵੇ ਬਸ, ਸਾਡੀ ਤਾਂ ਇਹੀ ਮੰਗ। ਮੇਰਾ ਨਾਮ ਸੁਦੇਸ਼ ਕੁਮਾਰ ਹੈ ਜੀ। ਜਿਹੜਾ ਹਮਲਾ ਹੋਇਆ ਤੁਹਾਡੇ? ਇਹ ਮੇਰਾ ਪੁੱਤਰ ਆ ਜੀ ਮੇਰਾ। ਇਹ ਕਿਸ ਤਰ੍ਹਾਂ ਉਹਨੂੰ ਬੁਲਾਇਆ ਗਿਆ? ਇਹਨਾਂ ਨੂੰ ਇਹ ਘਰੋਂ ਗਏ ਨੇ, ਉੱਥੇ ਸਟਾਮ ਲੈਣ ਗਏ ਸੀ ਤਹਿਸੀਲ 'ਚ, ਤੇ ਉਹਨਾਂ ਨੇ ਫੋਨ ਰਸਤੇ 'ਚ ਇਹਨਾਂ ਨੂੰ ਕੀਤਾ ਹੈਗਾ ਵੀ ਇੱਥੇ ਆਵੋ ਆਜ਼ਾਦ ਚੌਂਕ 'ਚ ਤੁਹਾਡੇ ਨਾਲ ਗੱਲ ਕਰਨੀ ਹੈਗੀ, ਮੈਸੇਜ ਰਾਹੀਂ। ਹਾਂ ਇੰਸਟਾਗ੍ਰਾਮ 'ਤੇ ਮੈਸੇਜ ਇਹਨਾਂ ਨੂੰ ਆਇਆ ਬੱਚਿਆਂ ਨੂੰ, ਉੱਥੇ ਆਜ਼ਾਦ ਚੌਂਕ 'ਚ ਜਦੋਂ ਗਏ ਨੇ ਤੇ ਉਹਨਾਂ ਨੇ ਇਹਨਾਂ ਨੂੰ ਕਿਰਪਾਨਾਂ 'ਤੇ ਕਾਪਿਆਂ ਨਾਲ ਹਮਲਾ ਕਰਤਾ ਹੈਗਾ। ਕਿੰਨੀ ਬੁਰੀ ਤਰ੍ਹਾਂ ਜ਼ਖਮੀ ਕੀਤੇ? ਬਹੁਤ ਜ਼ਿਆਦਾ ਇਹਨਾਂ ਦੇ ਤਾਂ, ਇਹ ਤਾਂ ਇਹੀ ਇਹਨਾਂ ਨੂੰ ਆ ਕੇ ਤੇ ਸਾਨੂੰ ਪਤਾ ਲੱਗਾ ਤੇ ਦਾਖਲ ਕਰਾਇਆ ਸੀ ਇਹਨਾਂ ਨੂੰ। ਮੇਰਾ ਉਹ ਪੋਤਾ ਜੀ ਉਹਦੀ ਵੱਧ ਤੋਂ ਵੱਧ 16-17 ਸਾਲ ਦਾ ਹੈਗਾ, 17 ਸਾਲ ਦਾ ਹੈਗਾ। ਪ੍ਰਿੰਸ ਪੁਲਿਸ ਤੋਂ ਇਹੋ ਅਸੀਂ ਮੰਗ ਕਰਦੇ ਵੀ ਇਹਨਾਂ ਤੇ ਜਿਨ੍ਹਾਂ ਨੇ ਇਹ ਗੁੰਡਾਗਰਦੀ ਕੀਤੀ ਹੈਗੀ ਹੈ, ਦਹਿਸ਼ਤ ਪਾਈ ਹੋਈ ਹੈ ਸ਼ਹਿਰ ਦੇ ਵਿੱਚ, ਛਾਉਣੀ ਦੇ ਵਿੱਚ, ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਮੇਰਾ ਨਾਮ ਹੈ ਜੀ ਪ੍ਰਿੰਸ। ਅਤੇ ਕੀ ਹੋਇਆ ਜਿਹੜਾ ਹਮਲਾ ਹੋਇਆ ਤੁਹਾਡੇ 'ਤੇ? ਕੀਤਾ ਹਮਲਾ? ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਸੀ ਇੱਕ ਕੁੜੀ ਦੇ ਵੱਲੋਂ, ਅਤੇ ਮੈਨੂੰ 2-3 ਦਿਨਾਂ ਤੋਂ ਬੁਲਾ ਰਹੇ ਸੀਗੇ, ਕਹਿੰਦੇ ਕਿ ਮੈਨੂੰ ਮਿਲ ਆ ਕੇ। ਅਤੇ ਇੱਕ ਦਿਨ ਮੈਂ ਮਿਲਣ ਗਿਆ ਉੱਥੇ, ਉੱਥੇ ਜਾ ਕੇ ਚੌਂਕ ਵਿੱਚ ਮੈਂ ਖੜਿਆ ਅਤੇ ਮੈਨੂੰ ਕਹਿੰਦੇ ਆ ਰਹੇ ਹਾਂ ਅਸੀਂ, ਅਤੇ ਆਏ ਅਤੇ ਗਲੀ ਵਿੱਚੋਂ 3-4 ਮੁੰਡੇ ਆਏ ਅਤੇ ਜਿਨ੍ਹਾਂ ਕੋਲ ਤੇਜ਼ ਧਾਰ ਹਥਿਆਰ ਸੀ, ਉਹਨਾਂ ਨੇ ਆ ਕੇ ਕੋਈ ਗੱਲ ਨਹੀਂ ਕੀਤੀ, ਆ ਕੇ ਮੇਰੇ ਪਹਿਲਾਂ ਥੱਪੜ ਮਾਰਿਆ, ਫਿਰ ਮੇਰੇ ਸਿਰ 'ਚ ਕੜਾ ਮਾਰਿਆ, ਫਿਰ ਮੈਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਫਿਰ ਮੇਰੇ ਉਹ ਤੁਰ ਕੇ ਆਏ ਸੀ, ਪੈਦਲ ਆਏ ਸੀ। ਹਾਂਜੀ ਗਲੀ 'ਚ ਨਿਕਲੇ? ਗਲੀ ਵਿੱਚੋਂ ਨਿਕਲ ਕੇ ਆਏ, ਉਹਨਾਂ ਨੇ ਆ ਕੇ ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਸਿੱਧੇ ਆ ਕੇ ਸਾਡੇ ਹਥਿਆਰ ਚਲਾਉਣ ਲੱਗ ਗਏ ਸਾਡੇ 'ਤੇ।
ਕਿੰਨੀ ਬੇਰਹਿਮੀ ਨਾਲ ਜਿਹੜੇ ਮਾਰੇ ਉਹਨਾਂ ਨੇ ਬਹੁਤ ਬੇਰਹਿਮੀ ਨਾਲ ਮਾਰਿਆ ਸਾਨੂੰ ਕੀ ਕਹਦੇ ਤੂੰ ਮੈਸੇਜ ਕਰਦਾ ਕਹਿੰਦੇ ਤੂੰ ਸਾਡੀ ਭੈਣ ਨੂੰ ਮੈਸੇਜ ਕਰਦਾ ਤੇ ਕਿਵੇਂ ਕਰਦਾ ਹਾਂ ਗਲਤੀ ਤਾਂ ਉਹਨਾਂ ਦੀ ਭੈਣ ਦੀ ਵੀ ਆ ਉਹ ਵੀ ਗੱਲ ਕਰਦੀ ਸੀ ਤਾਂ ਮੈਂ ਕਰਦਾ ਸੀ ਕੋਈ ਧੱਕੇ ਨਾਲ ਤਾਂ ਗੱਲ ਕਰ ਨਹੀਂ ਸਕਦਾ ਕਿੱਥੋਂ ਦੇ ਰਹਿਣ ਵਾਲੇ ਅਸੀਂ ਫਿਰੋਜ਼ਪੁਰ ਸਿਟੀ ਕੌਣ ਬੰਦੇ ਮੈਨੂੰ ਨਹੀਂ ਸੀ ਜਾਣਦੇ ਨਹੀਂ ਫੋਟੋ ਨਹੀਂ ਹੈਗੀ ਉਹਨਾਂ ਦੀ ਇੰਸਟਾਗ੍ਰਾਮ ਤੇ ਆਈਡੀਆਂ ਹੈਗੀਆਂ ਉਹਨਾਂ ਦੀਆਂ ਸਾਡੀ ਮੰਗ ਇਹੀ ਹੈ ਕਿ ਉਹਨਾਂ ਨੂੰ ਫੜਿਆ ਜਾਵੇ ਜਲਦੀ ਤੋਂ ਜਲਦੀ ਇਹ ਸਰ ਸਾਨੂੰ ਅੱਜ ਹੀ ਐਮ ਐਲ ਆਰਾਂ ਦੋ ਰਸੀਵ ਹੋਈਆਂ ਨੇ ਇੱਕ ਲੜਕੇ ਦਾ ਨਾਂ ਹੈਗਾ ਜੀ ਦੇਵ ਦੂਜੇ ਲੜਕੇ ਦਾ ਨਾਂ ਪ੍ਰਿੰਸਾ ਸਰ ਉਹ ਇਸ ਸੰਬੰਧ 'ਚ ਸਿਵਲ ਹਸਪਤਾਲ ਆਏ ਸੀ ਵੀ ਆਜ਼ਾਦ ਚੌਂਕ ਫਿਰੋਜ਼ਪੁਰ ਕੈਂਟੇ ਕਹਿੰਦੇ ਸਾਨੂੰ ਉਦਣ ਮਤਲਬ 16:30 ਨੂੰ ਵਿਸ਼ਾਂ ਨੂੰ 2:30 ਸਾਨੂੰ ਸੱਟਾਂ ਮਾਰੀਆਂ ਇਹਨਾਂ ਨੂੰ ਬੰਦਿਆਂ ਨੇ ਇਹਨਾਂ ਨੂੰ ਬੰਦਿਆਂ ਦਾ ਨਾਂ ਨਹੀਂ ਪਤਾ ਕਹਿੰਦੇ ਅਸੀਂ ਨਾਂ ਪਤਾ ਕਰਕੇ ਅਤੇ ਫਿਰ ਕਾਰਵਾਈ ਲਈ ਬਿਆਨ ਲਿਖਾਵਾਂਗੇ ਕਹਿੰਦੇ ਅਸੀਂ ਤੌਰ ਤੌਰ 'ਤੇ ਬੰਦਿਆਂ ਦਾ ਨਾਂ ਪਤਾ ਕਰਨੇ ਹਾਂ ਜੀ ਅਤੇ ਫਿਰ ਅਸੀਂ ਕਾਰਵਾਈ ਲਈ ਬਿਆਨ ਲਿਖਾਵਾਂਗੇ ਇੰਸਟਾਗ੍ਰਾਮ 'ਤੇ ਬੁਲਾਇਆ ਗਿਆ ਕੀ ਕਾਰਨ ਇਹ ਸਰ ਇਹ ਕਹਿੰਦਾ ਕੋਈ ਲੜਕੀ ਕੋਈ ਕਹਿੰਦਾ ਮੇਰੇ ਨਾਲ ਫਰੈਂਡਸ਼ਿਪ ਦਿਖਾਉਣੀ ਹੈ ਸ਼ਾਇਦ ਆ ਫੇਸਬੁੱਕ ਜਾਂ ਕਿਸ ਤਰ੍ਹਾਂ ਜੋ ਉੱਤੇ ਉਹਦੇ ਸੰਬੰਧ 'ਚ ਕਹਿੰਦਾ ਸ਼ਾਇਦ ਵੀ ਮੈਂ ਉਹਨੂੰ ਮਿਲਣ ਵੱਲ ਗਿਆ ਸੀ ਵੀ ਇਸੇ ਚੱਕੋ ਜਿਨ੍ਹਾਂ ਦਾ ਉਹ ਝਗੜਾ ਚੋੜਾ ਹੋ ਗਿਆ ਜੀ ਹਾਂ ਜਾਂਚ ਦਾ ਵਿਸ਼ਾ ਸਰ ਜਾਂਚ ਕਰ ਰਹੇ ਹਾਂ ਜੀ ਸੱਟਾਂ ਸਰ ਹੱਥ ਤੇ ਇੱਕ ਮੁੰਡੇ ਦੇ ਲੜਕੇ ਦੇ ਇੱਕ ਤਾਂ ਛੁੱਟੀ ਇਹ ਸਰ ਮਤਲਬ ਹਾਂ ਇੱਕ ਤਾਂ ਸੱਟ ਸ਼ਾਰਪ ਆ ਬਾਕੀ ਸਿਰ ਵਾਲੀਆਂ ਬਲੈਂਡਰ ਨੇ ਇੱਕ ਹੱਥ ਤੇ ਸੱਟ ਸ਼ਾਰਪ ਆ ਸਰ ਅਗਲੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਜੀ ਮਤਲਬ ਇਹਨਾਂ ਦੇ ਸਟੇਟਮੈਂਟ ਦੇ ਆਧਾਰ ਤੇ ਜੋ ਲਿਖਾਉਣਗੇ ਬਿਆਨਬੰਦ ਦੀ ਕਾਰਵਾਈ ਕੀਤੀ ਜਾਵੇਗੀ ਸਰ ਕੀ ਤੁਸੀਂ ਪਰੇਸ਼ਾਨ ਹੋ ਅੱਜ ਹੀ ਸੰਪਰਕ ਕਰੋ ਗੁਰੂ ਮਸਤਾਨ ਜੀ ਪਤਾ ਪੰਜਾਬ 9876 57 686 ਮੋਣੀ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਪਿਆਰ ਚ ਧੋਖਾ ਹੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਵਿਦੇਸ਼ ਯਾਤਰਾ ਜਾਂ ਪਿਆਰ ਚ ਰੁਕਾਵਟ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਗੁਰੂ ਮਸਤਾਨ ਜੀ 9876 57 686